कई बच्चों जो तो मावा ठाउंदियां सवेरे मां बीबी ने ठाया भी उठ उठिया ए बेड तो उठिया ओ परले बेड ते डिग गया उथों बीबी उठ वे हुण मर जा उठ उथों उठिया ओ बाहर डिग गया उथों चक्किया भी उठ पै हुण खड़ा हो इथों उठिया ओ दूजे थां ते डिग पैंदा कई न्याणे ना डिगदे ढिंदे बाथरूम तक पहुंचदे आ इथों ठाया फिर सौ गया जो निके बच्चे होंगे ने निके न्याणे वो इदा करते हैं कई वे भी यहोजे होंगे इधरों तो ठाया भी उठ के नहा लै इधरों उठ गया दूजे कमरे जाके वेख्या तो हुण सुत्ता पिया अजे भी अजे उठा ही नहीं मतलब डिगदा नहीं फिरदा इत्थे डिग गया फिर इत्थे डिग गया फिर इत्थे डिग गया इदा होंगे नहीं गई असल च साडे च कई बंदे इदा दे है जिहड़े धक्के नाल ही डिगदे फिरदे है उठाउण दी कोशिश करो तो फिर डिग जाते हैं फिर डिग जाते हैं असी एडे डिगे हुए लोग हाँ जिवें इदां समझो इन्ने डिगे हुए लोग हाँ असी तो सप्पा अगे भी डिग जाने जिहड़ा सप्प अपने नाल जोड़दा नहीं धक्के नाल उहदे नाल भी जुड़ जाने पत्थर सानू साडे नाल थोड़ा जोड़दा पत्थर थोड़ा अपने नाल जोड़दा पत्थर थोड़ा कहिंदा मैनू मत्था टेको पर असी इन्ने बेविश्वासे हाँ साडे च कॉन्फिडेंस की इन्नी घाट है असी पत्थर अगे भी डिग जाने ਨਿਆਣਿਆਂ ਵਾਲੇ ਕੰਮ ਕਰਦੇ ਆ ਇੱਥੇ ਨਾ ਜੇ ਕੋਈ ਸਾਡੇ ਚ ਛੋਟੀ ਜੀ ਬੱਚੀ ਕਵੇ ਦੁੱਧ ਪੀਣ ਲੱਗੀ ਹੈ ਤੇ ਨਿੱਪਲ ਗੁੱਡੀ ਦੇ ਮੂੰਹ ਨੂੰ ਲਾ ਦੇ ਜੇ ਜੇ ਛੋਟੇ ਜੇ ਉਹ ਗੁੱਡੇ ਨੂੰ ਦੁੱਧ ਪਿਆਵੇ ਤੇ ਆਪਾਂ ਹੱਸਾਂਗੇ ਆਪਾਂ ਕਹਿੰਦੇ ਹੈ ਕਮਲੀ ਕਦੇ ਗੁੱਡਿਆਂ ਨੇ ਵੀ ਦੁੱਧ ਪੀਤਾ ਆਪਾਂ ਹੱਸਾਂਗੇ ਆਪਾਂ ਕਹਿੰਦੇ ਬੱਚਿਆਂ ਵਾਲੀ ਗੱਲ ਕਰਦੀ ਹੁਣ ਤੂੰ ਵੱਡੀ ਹੋ ਗਈ ਗੁੱਡਾ ਨਹੀਂ ਦੁੱਧ ਪੀਂਦਾ ਇਹਦੇ ਪੱਥਰ ਹੈ ਇਹ ਗੁੱਡਾ ਦੁੱਧ ਨਹੀਂ ਪੀਂਦਾ ਹੱਸਦੇ ਨੇ ਸਾਰੇ पर धर्म दे विच तुसी कोक भी पियाई जाओ हसी लोकी कहणगे हां कोई नहीं शरदा है जी अगले दिन दस उत्थे कोई नहीं हसदा धर्म दे विच सब कुछ करी जांदे साडे ओ पत्थरां ते करदे आ साडे वाले गुरु ग्रंथ साहिब नूं करदे भैन जी हां जी गुरु ग्रंथ साहिब नूं सेवियां खवावांगे बना के लियाओ मर जाए आप कह दे मैं खाणियां एदां ही नहीं करदे ਵਧੀਆ ਵਧੀਆ ਭਗਵਾਨ ਪਕਵਾਨ ਬਣਾ ਕੇ ਲਿਆਓ ਗੁਰੂ ਸਾਹਿਬ ਨੂੰ ਭੋਗ ਲਵਾਵਾਂਗੇ ਤੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਮਾਂ ਦਾ ਨਿਆਣੇ ਦਾ ਪੱਜ ਤੇ ਮਾਂ ਦਾ ਰੱਜ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਪੱਜ ਤੇ ਪੁਜਾਰੀ ਦਾ ਰੱਜ ਹਿੰਦੂਇਜ਼ਮ ਦੇ ਵਿੱਚ ਉਹਨਾਂ ਦਾ ਪੁਜਾਰੀ ਰੱਜਦਾ ਹੈ ਉਹ ਪੱਥਰ ਨੂੰ ਭੋਗ ਲਵਾਉਂਦਾ ਹੈ ਕਹਿੰਦੇ ਮੂਰਤੀ ਜੀ ਮੂਰਤੀ ਨੇ ਖਾਣਾ ਮੂਰਤੀ ਨੂੰ ਭਗਵਾਨ ਬਣਾ ਕੇ ਬੈਠਾ ਤੇ ਸਾਡੇ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਪੱਜ ਲਾ ਕੇ ਖਾਂਦੇ ਨੇ ਖਾਣਾ ਤੇ ਆਪ ਹੀ ਹੁੰਦਾ ਹੈ ਕੀ ਗੁਰੂ ਗ੍ਰੰਥ ਸਾਹਿਬ ਜੀ ਨੇ ਛਕਣਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲੋੜਾਂ ਕੀ ਨੇ ਰਮਾਲਾ ਵਧੀਆ ਦੇ ਕੇ ਰੱਖੀਏ ਅੱਗ ਤੋਂ ਬਚਾ ਕੇ ਰੱਖਿਓ ਸਲਾਬ ਤੋਂ ਬਚਾ ਕੇ ਰੱਖਿਓ ਅੱਜ ਕੱਲ੍ਹ ਬਰਸਾਤਾਂ ਦੇ ਦਿਨ ਚੱਲਦੇ ਹੈ ਗੁਰੂ ਸਾਹਿਬ ਜੀ ਦਾ ਜਿਹੜਾ ਸਰੀਰ ਹੈ ਦੇਹ ਹੈ ਉਹ ਗ੍ਰੰਥ ਦੇ ਰੂਪ 'ਚ ਹੈ ਉੱਥੇ ਸਾਨੂੰ ਸਲਾਬ ਤੋਂ ਬਚਾਉਣਾ ਪੈਣਾ ਅਸੀਂ ਅੱਗ ਤੋਂ ਬਚਾਉਣਾ ਹੈ ਪਰ ਖੀਰ ਖਵਾਉਣੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਸਾਡੇ ਵਰਗਿਆਂ ਨੇ ਖਾਣੀ ਸੀ ਪਰ ਪੱਜ ਕਿਹਦਾ ਲਾਇਆ ਗੁਰੂ ਗ੍ਰੰਥ ਸਾਹਿਬ ਦਾ ਤੇ ਲੋਕੀ ਮਗਰ ਲੱਗ ਕੇ ਭੋਲੇ ਹੈ ਜਿਵੇਂ ਕਿਸੇ ਨੇ ਕਹਿਤਾ ਚਲੋ ਜੀ ਸ਼ਿਕਾਈਏ ਚਲੋ ਜੀ ਛਕ ਲੈਣਗੇ ਤੇ ਪੰਚਮ ਪਾਤਸ਼ਾਹ ਦਾ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਭੈਰੋ ਰਾਗ ਦਾ ਆਪਾਂ ਕਿੰਨੀ ਵਾਰੀ ਪੜ੍ਹਿਆ ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ ਭਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਤੇ ਉਹਨਾਂ ਲੋਕਾਂ ਨੂੰ ਨਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਓਏ ਪੁਜਾਰੀਆ ਬੁੱਧੂ ਬਣਾਈ ਜਾਂਦਾ ਲੋਕਾਂ ਨੂੰ ਭੋਲਿਆਂ ਭਾਲਿਆਂ ਲੋਕਾਂ ਨੂੰ ਕਹੀ ਜਾਂਦਾ ਰੱਬ ਜੰਮਦਾ ਮਰਦਾ ਯਾਰ ਰੱਬ ਤੇ ਸਾਰੇ ਪਾਸੇ ਆ ਤੇਰਾ ਤੇ ਕਣ ਕਣ ਰੱਬ ਹੈ ਆਪਾਂ ਸਾਰੇ ਰੱਬ ਦਾ ਰੂਪ ਆ ਕੁਦਰਤ ਦੀ ਅੰਸਾ ਆਪਾਂ ਪਰਮਾਤਮਾ ਹੀ ਤੇ ਹੈ ਜਿਹੜਾ ਸਾਰੇ ਪਾਸੇ ਹੈ ਤੇ ਕਿਉਂ ਬੁੱਧੂ ਬਣਾਈ ਜਾਂਦਾ ਰੱਬ ਇੰਨੇ ਕੁ ਥਾਂ ਵਿੱਚ ਕੈਦੀ ਕਰਕੇ ਬਹਿ ਗਿਆ ਤੂੰ ਇੰਨੇ ਕੁ ਚੀਜ਼ ਨੂੰ ਰੱਬ ਕਹਿੰਦਾ ਸਾਰਾ ਕੁਛ ਹੀ ਰੱਬ ਹੈ ਤੇ ਪੰਚਮ ਪਾਤਸ਼ਾਹ ਕਹਿੰਦੇ ਕਿਉਂ ਬੁੱਧੂ ਬਣਾਇਆ ਯਾਰ ਤੁਸੀਂ ਜਿਹੜੀ ਗਾਂ ਦਾ ਦੁੱਧ ਆਉਣਾ ਉਹ ਵੀ ਉਹਦਾ ਹੀ ਰੂਪ ਹੈ ਸਾਰਾ ਕੁਛ ਉਹਦਾ ਰੂਪ ਹੈ ਤੁਸੀਂ ਕਮਲਿਆਂ ਨੇ ਰੱਬ ਇੱਕ ਥਾਂ ਤੇ ਬੰਨ ਲਿਆ ਸਾਰਾ ਕੁਛ ਰੱਬ ਹੈ ਆਪਾਂ ਵੀ ਰੱਬ ਦਾ ਹੀ ਰੂਪ ਆ ਅੰਸਾ ਸਾਰੇ ਬੰਦੇ ਇੱਥੇ ਹਰ ਚੀਜ਼ ਪਰਮਾਤਮਾ ਹੀ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਗੋਬਿੰਦ ਬਿਨਾਂ ਨਹੀਂ ਕੋਈ ਸਟੇਟਮੈਂਟ ਅਸੀਂ ਦਿੰਨੇ ਆ ਕਣ ਕਣ ਵਿੱਚ ਰੱਬ ਹੈ ਗੁਰੂ ਸਾਹਿਬ ਜੀ ਨੇ ਘਟ ਘਟ ਮੈਂ ਹਰਜੂ ਬਸੈ ਕਿਹਾ ਉਹ ਦੇਣਾ ਪਿਆ ਸਾਨੂੰ ਉਹ ਕਹਿੰਦੇ ਸਾਡਾ ਰੱਬ ਆ ਮਾਰੇ ਕਹਿੰਦੇ ਮੇਰਾ ਰੱਬ ਤੇ ਘਟ ਘਟ ਚ ਹੈ ਕਣ ਕਣ ਚ ਪਰ ਜੇ ਸਟੇਟਮੈਂਟ ਇਹਨੂੰ ਇਦਾਂ ਦਈਏ ਕਣ ਕਣ ਵਿੱਚ ਰੱਬ ਹੈ ਇਹ ਵੀ ਠੀਕ ਹੈ ਸਮਝਾਉਣ ਲਈ ਪਰ ਕਣ ਕਣ ਰੱਬ ਹੈ ਕਣ ਕਣ ਰੱਬ ਹੈ ਸਭ ਗੋਬਿੰਦ ਹੈ ਸਾਰਾ ਕੁਝ ਹੀ ਪਰਮਾਤਮਾ ਹੈ ਤੇ ਪੰਚਮ ਪਾਤਸ਼ਾਹ ਨੇ ਉਸ ਵੇਲੇ ਬੁੱਧੂ ਬਣਾਉਣ ਵਾਲਿਆਂ ਨੂੰ ਸਵਾਲ ਕੀਤੇ ਕਹਿੰਦੇ ਕਮਲਿਓ ਕਿਉਂ ਲੋਕਾਂ ਨੂੰ ਕਮਲੇ ਕਰਦੇ ਐ ਗੁਰੂ ਗ੍ਰੰਥ ਤੁਸੀਂ ਕਹਿੰਦੇ ਮੂਰਤੀ ਛਕੂਗੀ ਤੇ ਇਹ ਸਾਡੇ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਇਦਾਂ ਕਹਿਣ ਲੱਗ ਪਏ ਉਹਨਾਂ ਨੇ ਮੂਰਤੀ ਨੂੰ ਵਰਤ ਲਿਆ ਆਪਣੇ ਢਿੱਡ ਲਈ ਤੇ ਸਾਡੇ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵਰਤ ਲਿਆ ਵੀਰੋ ਮੇਰਿਓ ਦੁਨੀਆ ਵਿੱਚ ਐਡੀ ਬੇਅਦਬੀ ਕਿਸੇ ਨੇ ਨਹੀਂ ਕੀਤੀ ਜਿੰਨੀ ਸਾਡੇ ਵਰਗੇ ਪੁਜਾਰੀਆਂ ਨੇ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਢਿੱਡ ਪਾਲਣ ਦਾ ਸਾਧਨ ਬਣਾਇਆ ਸਾਰੀ ਦੁਨੀਆ ਮੱਥਾ ਟੇਕਦੀ ਹੈ ਗਿਆਨ ਲੈਣ ਦਾ ਸਾਧਨ ਬਣਾਉਣਾ ਸੀ ਅਕਲ ਲੈਣ ਦਾ ਸਾਧਨ ਬਣਾਉਣਾ ਸੀ ਸਮਝ ਲੈਣ ਦਾ ਸਾਧਨ ਬਣਾਉਣਾ ਸੀ ਅਸੀਂ ਲੋਕਾਂ ਨੇ ਢਿੱਡ ਪਾਲਣ ਦਾ ਸਾਧਨ ਬਣਾਇਆ ਸਾਡੇ ਲੋਕਾਂ ਨੇ ਇਹੋ ਹੀ ਦੱਸਿਆ ਹਰ ਬੰਦੇ ਨੇ ਗਲਤ ਗੱਲ ਸਮਝਾਈ ਹੈ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਆ ਗਿਆਨ ਲੈਨੇ ਆ ਚਾਨਣ ਲੈਨੇ ਆ ਇਹਨਾਂ ਦੇ ਨੁਕਤੇ ਦੱਸੇ ਹੋਏ ਪ੍ਰੈਕਟੀਕਲ ਕਰਕੇ ਵੇਖਦੇ ਆ ਆਪਣੀ ਜ਼ਿੰਦਗੀ ਵਿੱਚ ਪ੍ਰੈਕਟਿਸ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਨੁਕਤੇ ਚਮਕ ਆਉਂਦੀ ਹੈ ਜ਼ਿੰਦਗੀ ਸੋਹਣੀ ਬਣਦੀ ਹੈ ਆਨੰਦ ਆਉਂਦਾ ਹੈ ਪਰ ਢਿੱਡ ਵਾਸਤੇ ਅਸੀਂ ਬਣਾ ਲਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਜ ਹੈ ਤੇ ਸਾਡਾ ਪੁਜਾਰੀਆਂ ਦਾ ਰੱਜ ਹੈ ਪੱਜ ਇਹਨਾਂ ਦਾ ਹੈ ਨਾ ਇਹਨਾਂ ਦਾ ਹੈ ਤੇ ਜੇ ਕਿਤੇ ਐ ਸਮਝਾਇਆ ਹੁੰਦਾ ਲੈਣਾ ਨਹੀਂ ਤੁਹਾਡੇ ਤੋਂ ਕੁਝ ਤੁਹਾਨੂੰ ਗਿਆਨ ਦੇਣਾ ਗੁਰੂ ਗ੍ਰੰਥ ਸਾਹਿਬ ਨੇ ਤੇ ਅੱਜ ਸਾਰੀ ਕੌਮ ਗਿਆਨਵਾਨ ਹੁੰਦੀ ਕਿ ਨਾ ਹੁੰਦੀ ਬੋਲੋ ਭਾਈ ਅੱਜ ਮਾਹੌਲ ਬਦਲਿਆ ਨਾ ਹੁੰਦਾ ਲੋਕਾਂ ਨੂੰ ਜ਼ਿੰਦਗੀ ਆ ਜਾਣੀ ਸੀ ਗੁਰੂ ਗ੍ਰੰਥ ਸਾਹਿਬ ਸਾਡੀ ਜ਼ਿੰਦਗੀ ਨੇ ਇਹ ਦਿੰਦੇ ਆ ਲੈਂਦੇ ਨਹੀਂ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਇਹ ਕੁਦਰਤ ਜਿਵੇਂ ਦੇ ਰਹੀ ਹੈ ਸਾਰਾ ਕੁਝ ਇਦਾਂ ਹੀ ਨੇ ਗੁਰੂ ਗ੍ਰੰਥ ਸਾਹਿਬ ਇਹ ਮੰਗਦੇ ਨਹੀਂ ਕੋਈ ਸਤਸੰਗ ਪਰ ਬਣਾ ਕੀ ਲਿਆ ਸੀ ਤੇ ਸ਼ਬਦ ਵੇਖੋ ਜਰਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਸੀਂ ਦੱਸੋ ਵੀ ਜਿਹੜੇ ਕਹਿੰਦੇ ਆ ਵੀ ਰੱਬ ਜੰਮਿਆ ਤੁਸੀਂ ਮੰਨਦੇ ਹੋ ਇਦਾਂ ਠੀਕ ਹੈ ਦੱਸਿਓ ਜਰਾ ਹਾਂਜੀ ਸਗਲੀ ਥੀਤ ਪਾਸ ਡਾਰ ਰੱਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ ਜਨਮ ਅਸ਼ਟਮੀ ਅਸ਼ਟਮ ਥੀਤ ਕਹਿੰਦੇ ਆਹ ਦਿਨ ਇੱਕ ਤੇ ਤੂੰ ਐ ਮੰਨ ਲਿਆ ਵੀ ਜਨਮ ਅਸ਼ਟਮੀ ਹੈ ਅੱਜ ਰੱਬ ਜੰਮਿਆ ਐਦਾਂ ਕਹਿ ਕੋਈ ਚੰਗਾ ਇਨਸਾਨ ਆਇਆ ਕੋਈ ਚੰਗਾ ਇਨਸਾਨ ਗੁਣੀ ਬੰਦਾ ਕੁਆਲਿਟੀ ਵਾਲਾ ਮਹਾਨ ਪੁਰਸ਼ ਉਹਦੀ ਮਹਾਨਤਾ ਉਹਦੇ ਗੁਣਾ ਕਰਕੇ ਹੈ ਉਹਦੀ ਕੁਆਲਿਟੀ ਕਰਕੇ ਹੈ ਉਹਦੇ ਗੁਣਾ ਨੂੰ ਮਹਾਨ ਕਹੋ ਇੱਥੇ ਤੱਕ ਠੀਕ ਹੈ ਕਿ ਕੋਈ ਮਹਾਨ ਪੁਰਖ ਹੈ ਕਿਸੇ 'ਚ ਕੁਆਲਿਟੀ ਵੱਧ ਹੈ ਇੱਥੇ ਤੱਕ ਤੇ ਕਹਿ ਤੂੰ ਕਹਿ ਰਿਹਾ ਰੱਬ ਜੰਮਿਆ ਆਹ ਗਲਤ ਹੈ ਕਿਉਂਕਿ ਰੱਬ ਨਹੀਂ ਜੰਮਦਾ ਮਰਦਾ ਪਰਮਾਤਮਾ ਨੂੰ ਬੰਦਾ ਨਾ ਬਣਾ ਉਹ ਤੇ ਸਰਬ ਵਿਆਪੀ ਹੈ ਉਹ ਸਾਰਾ ਕੁਛ ਹੈ ਐਦਾਂ ਨਾ ਕਹਿ ਚੰਗੀ ਰੂਹ ਹੈ ਚੰਗਾ ਇਨਸਾਨ ਹੈ ਚੰਗਾ ਚੰਗੀ ਕੋਈ ਗੁਣਾ ਵਾਲਾ ਕੋਈ ਆਇਆ ਇੱਥੇ ਤੱਕ ਤੇ ਠੀਕ ਹੈ ਪਰ ਤੂੰ ਜੇ ਕਹੇਗਾ ਰੱਬ ਇਹ ਗਲਤ ਹੈ ਸੁਣੋ ਜਰਾ ਧਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਰਾਇਣ ਧਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਭਰਮਾਂ ਵਿੱਚ ਭੁੱਲੇ ਹੋਏ ਬੰਦੇ ਕੱਚੀਆਂ ਗੱਲਾਂ ਕਰਦੇ ਆ ਮਹਾਰਾਜ ਕਹਿੰਦੇ ਜਿਹੜੇ ਕਹਿੰਦੇ ਨੇ ਵੀ ਰੱਬ ਆ ਗਿਆ ਕੱਚੀਆਂ ਗੱਲਾਂ ਹੈ ਰੱਬ ਫਿਰ ਜਿੱਦੇ ਤੁਸੀਂ ਕਹੋਗੇ ਰੱਬ ਜੰਮਿਆ ਫਿਰ ਜਦੋਂ ਦੁਨੀਆ 'ਚੋਂ ਜਾਊਗਾ ਫਿਰ ਕੀ ਕਹੋਗੇ ਵੀ ਰੱਬ ਮਰ ਗਿਆ ਫਿਰ ਤੁਹਾਨੂੰ ਕਹਿਣਾ ਪੈਣਾ ਵੀ ਰੱਬ ਮਰ ਗਿਆ ਜੇ ਰੱਬ ਜੰਮਦਾ ਹੈ ਫਿਰ ਕੱਲ ਨੂੰ ਕਹੋਗੇ ਰੱਬ ਮਰ ਗਿਆ ਇਦਾਂ ਹੁੰਦਾ ਨਹੀਂ ਭਰਮ ਭੂਲੇ ਨਰ ਕਰਤ ਕਚਰਾਇਣ ਕਹਿੰਦੇ ਭਰਮਾਂ 'ਚ ਪਈ ਦੁਨੀਆ ਕੱਚੀਆਂ ਗੱਲਾਂ ਕਰਦੀ ਹੈ ਜਨਮ ਮਰਨ ਤੇ ਰਹਿਤ ਨਾਰਾਇਣ ਉਹ ਨਹੀਂ ਜੰਮਦਾ ਮਰਦਾ ਐਵੇਂ ਨਾ ਬੁੱਧੂ ਬਣਾਓ ਲੋਕਾਂ ਅੱਗੇ ਕਰ ਪੰਜੀਰ ਖਵਾਇਓ ਚੋਰ
ਉਹ ਜਨਮ ਨਾ ਮਰੇ ਰੇ ਸਾਕਤ ਟੋਰ ਕਹਿੰਦੇ ਬੀਬੀ ਜੀ ਤੁਸੀਂ ਲੈ ਕੇ ਆਇਓ ਪੰਜੀਰੀ ਬਣਾ ਕੇ ਕੋਈ ਲਿਆਉਂਦਾ ਚੋਰੀਆਂ ਖਵਾਉਂਦਾ ਅੰਦਰ ਜਾ ਕੇ ਕਹਿੰਦੇ ਭਗਵਾਨ ਦੇ ਮੂੰਹ ਨੂੰ ਲਾਤੀ ਮੂਰਤੀ ਨੂੰ ਲਾਤੀ ਭਗਵਾਨ ਜੀ ਨੇ ਕਹਿੰਦੇ ਛਕ ਲਈ ਕਹਿੰਦੇ ਭਗਵਾਨ ਜੀ ਨੇ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੇ ਰੇ ਸਾਕਤ ਢੋਰ ਢੋਰ ਕਹੀਏ ਪਸ਼ੂ ਓਏ ਪਸ਼ੂਆ ਰੱਬ ਜੰਮਦਾ ਮਰਦਾ ਤੂੰ ਮੂਰਤੀ ਨੂੰ ਖਵਾਉਣ ਲੱਗ ਗਿਆ ਸੱਚ ਕਹਿ ਦੇ ਖਾਮੀ ਤੂੰ ਆਪ ਖਾਣਾ ਆਪਣਾ ਨਾਂ ਲੈ ਨਾ ਵੀ ਮੈਨੂੰ ਲੋੜ ਹੈ ਮੈਂ ਖਾਣਾ ਕਿਉਂ ਕਹਿੰਦਾ ਭਗਵਾਨ ਖਾਂਦਾ ਗੁਰੂ ਗ੍ਰੰਥ ਸਾਹਿਬ ਇਹ ਗੱਲਾਂ ਕਰਦੇ ਆ ਉਹਨਾਂ ਨੂੰ ਕੀ ਪਤਾ ਹੈ ਗੁਰੂ ਅਰਜਨ ਦੇਵ ਮੇਰੇ ਨਾਂ ਦੇ ਉੱਤੇ ਕੱਲ ਨੂੰ ਇਹਨਾਂ ਨੇ ਆਹ ਕੁਝ ਚਲਾ ਲੈਣਾ ਜਿਹੜੇ ਕੰਮ ਮੈਂ ਮੂਰਤੀ ਤੋਂ ਰੋਕਦਾ ਸੀ ਇਹ ਸ਼ਬਦਾਂ ਨੂੰ ਇਕੱਠੇ ਕਰਕੇ ਲਿਖ ਕੇ ਕੱਲ ਨੂੰ ਇਹ ਸਾਰੇ ਕੰਮ ਇੱਥੇ ਕਰਿਆ ਕਰਨਗੇ ਕਰਦੇ ਨਹੀਂ ਸਿੱਖ ਅੱਜ ਇਹੀ ਕੁਝ ਕਰਦੇ ਆ ਅਸੀਂ ਉਹ ਜਨਮ ਨਾ ਮਰੇ ਰੇ ਸਾਕਤ ਢੋਰ ਅੱਗੇ ਸਗਲ ਪਰਾਗ ਦੇਹ ਲੋ ਰੋਨੀ ਸੋ ਮੁਖ ਜਲੋ ਜਿਤ ਕਹ ਹੈ ਠਾਕੁਰ ਜੋਨੀ ਕਈ ਸਾਲ ਪਹਿਲਾਂ ਨਾ ਸਾਡੇ ਵਾਲੇ ਆ ਜਥੇ ਵਾਲੇ ਉਹ ਗਏ ਸੀ ਨਾ ਉੱਥੇ ਜਿੱਥੇ ਝੂਲੇ ਕਿੱਥੇ ਗਏ ਸੀ ਬਨਾਰਸ ਵਿੱਚ ਪਹਿਲੀ ਵਾਰ ਜਦੋਂ ਘੁੰਮਣ ਗਏ ਵਰਿੰਦਾਵਨ ਸੀ ਮਥੁਰਾ ਸੀ ਮਥੁਰਾ ਚ ਗਏ ਸੀ ਕਈ ਸਾਲ ਹੋ ਗਏ ਹੁਣ ਮਥੁਰਾ ਲੰਘਦੇ ਸੀ ਉੱਥੇ ਚਲੇ ਗਏ ਉਹ ਦੱਸਦੇ ਐ ਕਹਿੰਦੇ ਜੇ ਝੂਟਾ ਦੇਣਾ ਭਗਵਾਨ ਦੀ ਮੂਰਤੀ ਮੂਰਤੀ ਐ ਪੰਘੂੜੇ ਚ ਰੱਖੀ ਐ ਤੇ ਐਦਾਂ ਰੱਸਾ ਪਾਇਆ ਰੱਸੀ ਖਿੱਚਣ ਦੇ ਵੀ ਪੈਸੇ ਜੇ ਪੈਸੇ ਦਿਓ 50 ਰੁਪਈਏ ਤੇ ਇੱਕ ਮਿੰਟ ਵਾਸਤੇ ਝੂਟੇ ਦੇ ਲਓ ਐ ਝੂਟੇ ਆ ਰਹੇ ਨੇ ਭਗਵਾਨ ਝੂਟੇ ਝੂਟਦਾ ਐਦਾਂ ਕਹਿੰਦੇ ਐ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਐ ਕਹਿੰਦੇ ਸਗਲ ਅਪਰਾਧ ਦੇਹ ਲੋ ਰੋਨੀ ਲੋਰੀਆਂ ਦੇਣੀਆਂ ਸਾਰੇ ਅਪਰਾਧ ਹੀ ਕਰ ਲਏ ਜਦੋਂ ਐਂ ਮੰਨ ਕੇ ਬੈਠਾ ਵੀ ਰੱਬ ਨੂੰ ਮੈਂ ਝੂਟੇ ਤੂੰ ਕੌਣ ਹੈ ਝੂਟੇ ਦੇਣ ਵਾਲਾ ਜਿੰਨਾ ਸਾਰਾ ਘੁਮਾਈ ਫਿਰਦਾ ਤੂੰ ਉਹਨੂੰ ਕੀ ਝੂਟੇ ਦੇਂਗਾ ਸਗਲ ਅਪਰਾਧ ਦੇਹ ਲੋ ਰੋਨੀ ਸੋ ਮੁਖ ਜਲੋ ਜਿਤ ਕਹੇ ਹੈ ਠਾਕੁਰ ਜੋਨੀ ਕਹਿੰਦੇ ਸੜ ਜਾਏ ਉਹ ਮੂੰਹ ਜਿਹੜਾ ਕਵੇ ਰੱਬ ਜੂਨਾ ਚਾਹੁੰਦਾ ਰੱਬ ਅਜੂ ਉਹ ਕੁਦਰਤ ਦਾ ਨਿਯਮ ਹੈ ਜਿਹੜਾ ਅਜੂਨੀ ਹੈ ਜੂਨਾ ਚ ਨਹੀਂ ਆਉਂਦਾ ਬੰਦਾ ਨਹੀਂ ਰੱਬ ਬਣਦਾ ਕਦੇ ਹਾਂ ਚੰਗੇ ਇਨਸਾਨ ਹੁੰਦੇ ਨੇ ਕੁਆਲਿਟੀ ਹੁੰਦੀ ਹੈ ਗੁਣ ਹੁੰਦੇ ਨੇ ਇਹ ਕਹਿਣਾ ਹੈ ਇਨਸਾਨ ਇਨਸਾਨ ਵਰਗਾ ਹੀ ਹੁੰਦਾ ਹਾਂ ਕੁਝ ਮਹਾਨ ਗੁਣਾਂ ਵਾਲੇ ਹੁੰਦੇ ਹੈ ਕੁਝ ਨਿਕੰਮੇ ਹੈ ਕਈਆਂ ਨੇ ਆਪਣੇ ਆਪ ਨੂੰ ਮਹਾਨ ਬਣਾਇਆ ਹੁੰਦਾ ਕਈ ਨਿਕੰਮੇ ਰਹਿ ਜਾਂਦੇ ਪਰ ਰੱਬ ਨੂੰ ਜੰਮਣ ਮਰਨ ਚ ਨਾ ਪਾਇਆ ਕਰੀਏ ਸਗਲ ਅਪਰਾਧ ਦੇਹ ਲੋ ਰੋਨੀ ਸੋ ਮੁਖ ਜਲੋ ਜਿਤ ਕਹੇ ਹੈ ਠਾਕੁਰ ਜੋਨੀ ਤੇ ਗੁਰੂ ਅਰਜਨ ਦੇਵ ਜੀ ਭਲਾ ਲਾਸਟ ਪੰਕਤੀ ਚ ਕੀ ਕਹਿੰਦੇ ਹੈ ਜਨਮ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਹੇ ਉਹ ਸਮਾਏ ਕਹਿੰਦੇ ਜੰਮਦਾ ਨਹੀਂ ਮਰਦਾ ਨਹੀਂ ਮੇਰਾ ਤੇ ਸਭ ਪਾਸੇ ਸਮਾਇਆ ਹੋਇਆ ਮੈਨੂੰ ਤੇ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਂਦਾ ਹੈ ਤੁਸੀਂ ਮੰਨੀ ਜਾਓ ਵੀ ਇਹ ਇੰਨੇ ਕੁ ਥਾਂ ਦੇ ਵਿੱਚ ਹੈ ਅਸੀਂ ਨਹੀਂ ਮੰਨਦੇ ਇਹ ਪੰਚਮ ਪਾਤਸ਼ਾਹ ਕਹਿੰਦੇ ਆ ਤੇ ਵੇਖੋ ਅੱਜ ਸਾਡੇ 'ਚ ਕਿੰਨੇ ਭੁਲੇਖੇ ਪਏ ਆ ਉਲਝ ਗਈ ਨਾ ਤਾਣੀ ਤੇ ਜਦੋਂ ਪਿਆਰਿਓ ਗਿਆਨ ਆ ਜੇ ਸਮਝ ਆ ਜਾਂਦੀ ਹੈ ਫਿਰ ਪਤਾ ਲੱਗ ਜਾਂਦਾ ਵੇਖੋ ਕਣ ਕਣ ਰੱਬ ਹੈ ਨਾ ਤੇ ਕਰੋੜਾ ਕਣ ਮੇਰੇ ਵਿੱਚ ਨੇ ਕਰੋੜਾ ਕਣ ਤੇਰੇ 'ਚ ਨੇ ਕਣ ਕਣ ਪਰਮਾਤਮਾ ਹੈ ਤੇ ਜਦੋਂ ਇਹ ਗੱਲ ਸਮਝ ਆ ਗਈ ਫਿਰ ਪੈਰਾਂ ਤੇ ਖੜੇ ਹੋਣਾ ਅੱਛਾ ਜੀ ਅਸੀਂ ਵੀ ਰੱਬ ਦੀ ਅੰਸ਼ ਹਾਂ ਅਸੀਂ ਆਪਣੇ ਫਰਜ਼ ਨਿਭਾਈਏ ਹਰ ਹਰ ਚੀਜ਼ ਇੱਥੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਮੈਂ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਨਿੱਕੇ ਜੇ ਲੈ ਕੀੜੀ ਤੋਂ ਲੈ ਕੇ ਹਾਥੀ ਤੱਕ ਨਿੱਕੇ ਨਿੱਕੇ ਜਾਨਵਰ ਆਪਣੀ ਡਿਊਟੀ ਕਰ ਰਹੇ ਆ ਆਪਣੇ ਫਰਜ਼ ਨਿਭਾ ਰਹੇ ਆ ਮੈਂ ਆਪਣੇ ਫਰਜ਼ ਨਿਭਾਵਾਂਗਾ ਮੈਂ ਆਪਣੀ ਆਪਣੇ ਜ਼ਿੰਮੇਵਾਰੀ ਨਿਭਾਉਣ ਵਾਸਤੇ ਆਇਆ ਇੱਥੇ ਮੈਂ ਆਲੇ ਦੁਆਲੇ ਨੂੰ ਸੋਹਣਾ ਬਣਾਉਣਾ ਹੈ ਆਪਣੇ ਫਰਜ਼ ਨਿਭਾਉਣੇ ਨੇ ਰੱਬ ਲੱਭਣ ਨਹੀਂ ਤੁਰ ਪੈਣਾ ਰੱਬ ਦੀ ਅੰਸ਼ ਤੇ ਅਸੀਂ ਆਪ ਹੀ ਆ ਰੱਬ ਕੀ ਲੱਭਣਾ ਆਪਣੇ ਆਪ ਨੂੰ ਲੱਭਣਾ ਬਸ ਹੋਰ ਕਿਹਨੂੰ ਲੱਭਦੇ ਫਿਰਨਾ ਕਿਉਂ ਭਟਕਦੇ ਫਿਰਨਾ ਬਸ ਇਹ ਭੁਲੇਖੇ ਨਿਕਲ ਜਾਣ